میں بھی جا رہا ہوں.
آدمی محفل گزارش کر رہا تھا کہ ممولیت احتاج ہے پیسے نہیں ہے ہوں گے میرا بچہ ایک کالی کمین ہے نہ پیو مارتا نہ جی ماں مارتا نہ کوئی بھرا مارتا نہ کوئی چاچا مارتا نہ کوئی تایا مارتا یہ سارے سارے خاندان کے اوپر ہار پا رہا ہے چاہے دس میں کوئی نہ جانتا میرا بچہ میں کوئی نہ جانتا چاچا کوئی نہ جانتا کوئی دادا یار سارا ترجمہ قرآن پاک جانا سے کم از کم
ਮੈਂ ਕਿਹਾ ਚਲੋ ਸਿਖਾਓ ਸਹੀ ਉਹਨਾਂ ਨੇ ਗੱਲ ਨਹੀਂ ਮੰਨੀ ਤੁਸੀਂ ਆਪਣੇ ਵੀ ਤੁਸੀਂ ਨਹੀਂ ਚੰਗੇ ਲੱਗਦੇ ਤਾਸ਼ ਖੇਡਦੇ ਮੈਂ ਚਲੋ ਯਾਰ ਤੁਹਾਡਾ ਪਿਆਰ ਠੀਕ ਹੈ ਤੇ ਨਾਲ ਹੀ ਅਸਰ ਦੀ ਅਦਾਨ ਦਾ ਟਾਈਮ ਹੋ ਗਿਆ ਤੇ ਅਦਾਨ ਭਰੀ ਗਈ ਤੇ ਮੈਂ ਕਿਹਾ ਮੈਂ ਤੁਹਾਡੇ ਨਾਲ ਤਾਸ਼ ਵਿੱਚ ਬੈਠਾ ਰਿਹਾ ਤੁਸੀਂ ਮੇਰੇ ਨਾਲ ਨਮਾਜ਼ ਵੀ ਪੜ੍ਹੀ ਅੱਲਾਹ ਦੀ ਕਸਮ ਨਾਲ ਨਮਾਜ਼ ਪੜ੍ਹੀ ਤਾਸ਼ ਵਾਲੇ ਫਿਰ ਇੱਕ ਦਿਨ ਬੈਠੇ ਦੇ ਆਉਣ ਲੱਗੇ ਇੱਥੇ ਆਉਂਦੇ ਤਾਂ ਨਮਾਜ਼ ਪੜ੍ਹਨੀ ਪੈਂਦੀ ਇੱਥੇ ਤਾਸ਼ ਖੇਡੀ ਹੈ ਤੇ ਨਮਾਜ਼ ਪੜ੍ਹਨੀ ਪੈਂਦੀ ਹੈ ਮੈਂ ਯਾਰ ਕਿਤੇ ਕੈਸੇ ਤੁਸੀਂ ਮੁਸਲਮਾਨ ਹੋ ਚਲੋ ਕੁਛ ਗੁਨਾਹ ਕੀਤਾ ਜੇ ਕੁਛ ਨਾਫਰਮਾਨੀ ਕੀਤੀ ਜੇ ਕੋਈ ਫਰਮਾ ਮੁਤਾਲੀ ਕਰੋ ਮੁਤਾਲੀ ਕਰਾ ਕਰਾ ਫਿਰ ਇੱਕ ਦਿਨ ਖਦਾਇਆ ਤੇ ਉਹਨਾਂ ਅੱਗੇ ਅਪੀਲ ਕੀਤੀ ਕਿ ਹੁਣ ਕੇ ਤਾਸ਼ ਛੱਡ ਦਿਓ ਉਹਨਾਂ ਨੇ ਉਹ ਤਾਸ਼ ਛੱਡ ਦਿੱਤਾ ਤੇ ਨਮਾਜ਼ੀ ਪੱਕੇ ਬਣ ਗਏ ਸੁਭਾਨ ਅੱਲਾਹ ਇੱਥੇ ਉਸ ਦਾ ਕਾਇਮ ਬਦਲਿਆ ਫਰੂਕੀ ਸਾਹਿਬ ਕਰਿਆ ਰਹੇ ਹਨ ਉਹ ਅੱਜ ਕੱਲ੍ਹ ਮੇਰੀ ਉਸ ਮਸਜਿਦ ਦੇ ਇਮਾਮ ਦੇ ਵਜ਼ੀਰ ਨੇ ਉਹ ਲੋਕ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਉਹ ਹੁਣ ਤਕਰੀਬਨ ਸਾਰੇ ਫੌਤ ਹੋ ਗਏ ਮੇਰੀ ਉਮਰ ਦੀ ਸਾਂ ਬਲਕਿ ਮੇਰੇ ਨਾਲ ਸਾਰੇ ਵੱਡੇ ਸਨ ਮੈਂ ਜਾਣਾ ਸੀ ਮਕਸਦ ਗੱਲ ਕਰਨ ਦਾ ਕਿ ਮਸਜਿਦ ਨਾ ਛੱਡੋ ਮਸਜਿਦ ਨਾਲ ਪਿਆਰ ਕਰੋ ਮਸਜਿਦ ਨਾਲ ਮੁਹੱਬਤ ਕਰੋ ਤੇ ਜਿਹੜੇ ਲੋਕ ਨਰਾਜ਼ਗੀ ਕਰ ਰਹੇ ਨੇ ਉਹ ਤੁਹਾਡੀ ਕਿਸੇ ਕਮੀ ਕੁਤਾਹੀ ਦੀ ਵਜ੍ਹਾ ਤੋਂ ਕਰਕੇ ਪਰੇਸ਼ਾਨ ਕਰ ਰਹੇ ਨੇ ਤੇ ਤੁਸੀਂ ਟਾਈਮ ਨਾਲ ਜਮਾਤ ਨਹੀਂ ਕਰਾਉਂਦੇ ਮੌਲਵੀ ਸਾਹਿਬ ਆਉਂਦੇ ਨੇ ਲੋ ਮੈਂ ਇਹਨਾਂ ਦਾ ਨੌਕਰ ਲੱਗਾ ਮੈਂ ਜਮਾਤ ਕਰਾਵਾਂ ਤੇ ਮੈਂ ਅੱਗੇ ਪਿੱਛੇ ਹੋ ਜਾਂਦਾ ਮਤਲਬ ਮੈਂ ਇਹਨਾਂ ਦਾ ਨੌਕਰ ਲੱਗਾ ਤੇ ਤਨਖਾਹ ਕਾਹਦੀ ਲੈਣੇ ਜੇ ਨੌਕਰ ਨਹੀਂ ਦੀ ਨੌਕਰੀ ਦੀ ਕੋਈ ਤਨਖਾਹ ਲੈਣੇ ਨਮਾਜ਼ ਦੀ ਤੇ ਕੋਈ ਤਨਖਾਹ ਹੀ ਨਹੀਂ ਲੈ ਸਕਦਾ ਇਹ ਨੌਕਰੀ ਦੀ ਤਨਖਾਹ ਹੈ ਨਮਾਜ਼ ਪੜ੍ਹਾਉਣ ਦੀ ਤਨਖਾਹ ਲੈਣ ਵਾਲਾ ਹਰਾਮ ਖਾ ਰਿਹਾ ਹੈ ਸਭ ਠੀਕ ਹੈ ਕੁਰਾਨ ਪੜ੍ਹਾ ਕੇ ਤਨਖਾਹ ਲੈਣ ਵਾਲਾ ਹਰਾਮ ਖਾ ਰਿਹਾ ਇਹ ਜਿਹੜੇ ਉਸਤਾਦ ਤਨਖਾਹ ਲੈਂਦੇ ਨੇ ਪੜ੍ਹਾਉਣ ਦੀ ਤਨਖਾਹ ਨਹੀਂ ਲੈਂਦੇ ਇਹ ਉਸ ਨੌਕਰੀ ਦੀ ਜਿਹਦੇ ਉੱਤੇ ਪਾਬੰਦ ਹੋਏ ਨੇ ਤੇ ਬੈਠੇ ਨੇ ਮੇਰੇ ਸਾਹਮਣੇ ਨੇ ਉਸ ਹਿੱਸੇ ਦਾ ਤਨਖਾਹ ਲੈਂਦੇ ਅੱਲਾਹ ਇਹਨਾਂ ਉਸਤਾਦਾਂ ਨੂੰ ਮਜ਼ੀਦ ਇਸਤਾਦ ਆ ਫਰਮਾਏ ਇਹ ਇੱਕ ਬਰਬਰਦਾਰ ਨੇ ਉਹ ਜੋ ਇਸ ਪਾਸੇ ਜਾਈ ਮੈਂ ਉਸ ਤੋਂ ਤੁਹਾਨੂੰ ਗੁਜ਼ਾਰਿਸ਼ ਕਰਨਾ ਉਲਮਾ ਇਕਰਾਮ ਦਾ ਖਤਮਾ ਮਕਾ ਔਰ ਕਾਸ਼ਮ ਦਾ ਝਗੜਾ ਇਹ ਛੋਟੀਆਂ ਛੋਟੀਆਂ ਬੜੀਆਂ ਗੱਲਾਂ ਉਹ ਲੈ ਗਿਆ ਤੇ ਮੈਂ ਲੈ ਗਿਆ ਮੈਨੂੰ ਕੋਈ ਬੰਦਾ ਇੱਕ ਗੱਲ ਸਮਝਾ ਦੇ ਇਹ ਲੈ ਗਿਆ ਇਹ ਗੱਲ ਸਮਝਾ ਦੇ ਮੇਰੀ ਰੋਟੀ ਕੋਈ ਖਾ ਸਕਦਾ ਮੇਰੀ ਰੋਟੀ ਕੋਈ ਬੰਦਾ ਨਹੀਂ ਖਾ ਸਕਦਾ ਤੁਸੀਂ ਕਿੱਥੋਂ ਮਾਰੇ ਕਿਹੜੇ ਮਾਰੇ ਵਾਲੇ ਹੋ ਕਿਹੜੇ ਕਿੰਨੋਂ ਵਾਲੇ ਇਹ ਜਿਹੜੀ ਰੋਟੀ ਪੱਕ ਰਹੀ ਹੈ ਇਹ ਹੋਏ ਕਿੱਥੋਂ ਮਾਰੀਏ ਕਿੰਨੇ ਬਣਾਈਏ ਕਿੰਨੇ ਪਕਾਈਏ ਕੌਣ ਖਾਏਗਾ ਕਿੱਧਰ ਜਾਏਗਾ ਮੈਂ ਤਫੱਕਰ ਅਦਾ ਦਾ ਰਿਫਾ ਵਾਸ ਉਹ ਹੋਸੇ ਲੋਕਾਂ ਵਾਸਤੇ ਨਹੀਂ ਬਲਕਿ ਸਾਡੇ ਵਾਸਤੇ ਮੈਂ ਤਫੱਕਰ ਅਦਾ ਦਾ ਰਿਫਾ ਵਾਸ ਉਹ ਇਹ ਸਾਡੇ ਵਾਸਤੇ ਅੱਲਾਹ ਤਾਲਾ ਨੇ ਖਸੂਸੀ ਤੌਰ ਤੇ ਜਦੋਂ ਮੈਂ ਸਾਰਿਆਂ ਕੋਲ ਇੱਕ ਦੋਸਤਾਂ ਕੋਲੋਂ ਤਵੱਜੋ ਕਰਾ ਰਿਹਾ ਇਮਾਮ ਹੁਸੈਨ ਰਜ਼ੀ ਅੱਲਾਹੁ ਤਾਲਾ ਅਨਹੁ ਅੱਲਾਹ ਦੇ ਦੁਸ਼ਮਣ ਨੇ ਨਾ ਸੁਣਿਆ ਅਸੀਂ ਸਜਣ ਸਾਡੇ ਤੇ ਕਰਬਲਾ ਨਹੀਂ ਆਈ ਸਾਡੇ ਤੇ ਉਹ ਕਰਬਲਾ ਨਹੀਂ ਆਈ ਜਿਹੜੀ ਇਮਾਮ ਪਾਕ ਤੇ ਕਰਬਲਾ ਆਈ ਹੈ ਕਿਉਂ ਆਈ ਹੈ ਇਸ ਵਾਸਤੇ ਕਿ ਉਹ ਬਹੁਤੇ ਨੇੜੇ ਸਨ ਅੱਲਾਹ ਉਹ ਜਿੰਨਾ ਨੇੜੇ ਸਨ ਐਡਾ ਵੱਡਾ ਅਜ਼ਮਾਇਸ਼ ਤੇ ਇਮਤਿਹਾਨ ਇਹ ਲਾ ਲਿਆ ਗਿਆ ਤੇ ਅਸੀਂ ਕੋਈ ਦੇ ਨੇੜੇ ਨਹੀਂ ਆ ਤੇ ਅਸੀਂ ਦੀਨ ਦੇ ਨੇੜੇ ਖਵਾਉਣ ਵਾਲੇ ਸਾਡੇ ਉੱਤੇ ਇਮਤਿਹਾਨ ਅਜ਼ਮਾਇਆ ਜਾ ਰਿਹਾ ਸਾਨੂੰ ਇਹ ਕੀ ਆਗਿਆ ਦਾ ਕਰਨਾ ਚਾਹੀਦਾ ਜਿੰਨਾ ਭੈਣਾ ਅਸੀਂ ਬਾਕੀ ਲੋਕਾਂ ਨਾਲ ਦੱਸੋ ਆਪਣੇ ਆਪ ਨੂੰ ਅੱਛਾ ਸਮਝਦੇ ਆ ਕਿ ਨਹੀਂ ਸਮਝਦੇ ਉਹ ਮੁਸੱਲਾ ਤੁਸੀਂ ਇਹ ਨਾ ਗੱਲ ਅਸੀਂ ਨਹੀਂ ਸਮਝਦੇ ਇਹ ਆਸੀ ਹੈ ਤੁਹਾਡੀ ਮੁਸੱਲਾ ਰਸੂਲ ਦੇ ਬਣਾਉਣ ਵਾਲਾ ਸਭ ਤੋਂ ਜ਼ਿਆਦਾ ਅਮੀਰ ਮੁਸੱਲਾ ਰਸੂਲ ਦੇ ਬਣਾਉਣ ਵਾਲਾ ਸਭ ਤੋਂ ਜ਼ਿਆਦਾ ਇੱਜ਼ਤ ਵਾਲਾ ਹੈ ਮੁਸੱਲਾ ਰਸੂਲ ਦੇ ਬਣਾਉਣ ਵਾਲਾ ਸਭ ਤੋਂ ਜ਼ਿਆਦਾ ਵਕਾਰ ਵਾਲਾ ਹੈ ਮੁਸੱਲਾ ਰਸੂਲ ਦੇ ਬਣਾਉਣ ਵਾਲਾ ਨਾਇਬ ਰਸੂਲ ਹੈ ਤੇ ਉਹਦੀ ਇੱਜ਼ਤ ਕਾਇਨਾਤ ਨੂੰ ਕਬੂਲ ਹੈ ਅੱਲਾਹ ਤਾਲਾ ਮੇਰੀਆਂ ਅਪੀਲਾਂ ਸਾਰਿਆਂ ਨੂੰ ਯਾਦ ਰੱਖਣ ਦੀ ਤੋਫੀਕ ਅਤਾ ਫਰਮਾਏ ਆਖਰ ਤੇ ਫਿਕਰ ਹੈ ਅਵਾਮੀ ਰਾਬਤਾ ਕਿਸ ਤਰ੍ਹਾਂ ਬਣਾਇਆ ਜਾਏ ਮਸਲ ਚ ਹੱਕ ਦੇ ਫਰੋਗ ਵਾਸਤੇ ਸਬਾਬ ਕਿਸ ਤਰ੍ਹਾਂ ਪੈਦਾ ਕੀਤੇ ਜਾਣ ਔਰ ਇਹ ਜਿਹੜੀ ਮੈਂ ਗੱਲ ਕੀਤੀ ਹੈ ਦੋ ਚਾਰ ਪੰਜ ਬੰਦੇ ਮੁਕਰਰ ਕਰਨ ਵਾਲੀ ਇਹ ਤੁਹਾਡੇ ਤੁਹਾਡੇ ਤੇ ਮੈਂ ਸੁਣਨੀ ਹੈ ਪੰਜ ਬੰਦੇ ਜਿਹੜੇ ਦਿਓ ਆਪ ਇਤਫਾਕ ਨਾਲ ਜਿਹੜੇ ਜਿਹਨਾਂ ਦੇ ਮੂੰਹ ਵਿੱਚ ਜ਼ਬਾਨ ਹੋਵੇ ਤੇ ਟਾਈਮ ਹੋਵੇ ਸਿਰਫ ਦੋ ਚੀਜ਼ਾਂ ਟਾਈਮ ਦੇ ਸਕਣ ਤੇ ਜ਼ਬਾਨ ਦੀ ਕੰਮ ਕਰ ਸਕਣ ਮੈਂ ਮੁਤਖਾਬ ਕਰ ਰਹਾ
ਤੇ ਇਸ ਨਾਲ ਹੋਣਾ ਉਹ ਬਸ ਉਹਨਾਂ ਨੇ ਮਤਲਬ ਕਿਸੇ ਨੂੰ ਲੀਡਰ ਬਣਾਉਣਾ ਸੀ ਬਣਾ ਛੱਡਿਆ ਮੈਂ ਨਾ ਸਿਆਸੀ ਬੰਦਾ ਤੇ ਨਾ ਮੇਰਾ ਮੈਂ ਤੇ ਜਿਹੜੀਆਂ ਅਪੀਲਾਂ ਕੀਤੀਆਂ ਮੇਰਾ ਤਾਂ ਸਿਰਫ ਇੰਨਾ ਇੱਕ ਮਕਸਦ ਸਨ ਪੰਜ ਬੰਦੇ ਭਾਸ਼ਣ ਬਣਾਉਣੇ ਜਿਹੜੀਆਂ ਮੈਂ ਗੱਲਾਂ ਕੀਤੀਆਂ ਇਹਨਾਂ ਦੇ ਉੱਤੇ ਕੋਈ ਅੱਛਾ ਮਸ਼ਵਰਾ ਦੇਣ ਵਾਲਾ ਅੱਛੀ ਰਾਏ ਦੇਣ ਵਾਲਾ ਅੱਛੀ ਗੁਫ਼ਤਗੂ ਕਰਨ ਵਾਲਾ ਕੋਈ ਬੰਦਾ ਉੱਠ ਕੇ ਇੱਥੇ ਆ ਕੇ ਆਪਣੀ ਗੱਲ ਕਰ ਸਕਦਾ ਵਾਰੀ ਵਾਰ اسباب سامنے آ جائیں پھر ان کو حل کرنا آسان مریض کے مرض کی سمجھ آ جائے مرض کی تشخیص ہو جائے اس کا علاج جو ہے وہ آسان ہو جاتا ہے اس لیے بڑے اچھے انداز سے وہ باتیں بیان کی جا رہی تھیں جو انفرادی اور ذاتی جن میں ہمارا انفرادی اور ذاتی جو ہے سلسلہ ہے وہ باتیں بیان کی گئی انفرادی محنت بہت اچھی بات ہے انفرادی